ਤਾਂ ਇਹਨਾਂ ਸੀਸੀਟੀਵੀ ਤਸਵੀਰਾਂ ਨੂੰ ਗੌਰ ਦੇ ਨਾਲ ਦੇਖੋ। ਸਕੂਲੀ ਮੁੰਡਿਆਂ ਨੇ ਬਾਈਕ 'ਤੇ ਜਾ ਰਹੇ ਫੌਜੀ ਨੂੰ ਕਿਵੇਂ ਘੇਰ ਲਿਆ। ਫੌਜੀ ਆਪਣੀ ਪਤਨੀ ਦੇ ਨਾਲ ਜਾ ਰਿਹਾ ਸੀ ਤਾਂ ਸਕੂਲੀ ਮੁੰਡਿਆਂ ਨੇ ਉਸ ਨੂੰ ਘੇਰ ਲਿਆ ਅਤੇ ਕਿਰਪਾਨਾਂ ਦੇ ਨਾਲ ਉਸ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਦੇ ਵਿੱਚ ਫੌਜੀ ਜ਼ਖਮੀ ਹੋ ਗਿਆ ਤਾਂ ਫੌਜੀ ਨੇ ਵੀ ਅੱਗੋਂ ਬੰਦੂਕ ਕੱਢ ਲਈ। ਇਸ ਤਰੀਕੇ ਦੇ ਜਿਹੜੇ ਇਲਜ਼ਾਮ ਨੇ ਉਹ ਦੋ ਤਰ੍ਹਾਂ ਇੱਕ ਦੂਜੇ 'ਤੇ ਲਗਾ ਰਹੀਆਂ ਨੇ ਕਿ ਪਹਿਲਾ ਹਮਲਾ ਪਹਿਲੀ ਧਿਰ ਵੱਲੋਂ ਕੀਤਾ ਗਿਆ, ਦੂਜੀ ਧਿਰ ਦਾ ਇਹ ਕਹਿਣਾ ਅਤੇ ਪਹਿਲੀ ਧਿਰ ਦਾ ਇਹ ਕਹਿਣਾ ਕਿ ਪਹਿਲ ਦੂਜੀ ਧਿਰ ਦੇ ਵੱਲੋਂ ਕੀਤੀ ਗਈ। ਦਰਅਸਲ ਤੁਹਾਨੂੰ ਦੱਸਦੇ ਹਾਂ ਕਿ ਬੱਚਿਆਂ ਦੀ ਲੜਾਈ ਚੱਲ ਰਹੀ ਸੀ। ਸਕੂਲੀ ਬੱਚਿਆਂ ਦੀ ਲੜਾਈ ਦੇ ਵਿੱਚ ਜਦ ਵੱਡੇ ਪੈ ਜਾਣ ਫਿਰ ਤੁਸੀਂ ਅੰਜਾਮ ਜਾਣ ਹੀ ਸਕਦੇ ਹੋ ਕਿ ਨਤੀਜਾ ਕੀ ਹੁੰਦਾ ਹੈ। ਅਤੇ ਬੱਚਿਆਂ ਦੀ ਲੜਾਈ ਦੇ ਵਿੱਚ ਦੋ ਤਰ੍ਹਾਂ ਆਮੋ ਸਾਹਮਣੇ ਹੋ ਗਈਆਂ, ਦੇਖ ਹੀ ਸਕਦੇ ਹੋ ਸੀਸੀਟੀਵੀ ਤਸਵੀਰਾਂ ਦੇ ਵਿੱਚ। ਸਾਫ਼ ਸਾਫ਼ ਤਾਂ ਨਹੀਂ ਦੇਖਿਆ ਜਾ ਸਕਦਾ, ਪਰ ਇਹ ਸਾਫ਼ ਦਿਖ ਰਿਹਾ ਹੈ ਕਿ ਕਿਵੇਂ ਇੱਕ ਦੂਜੇ ਨੂੰ ਇਹ ਕਿਰਚਾਂ ਦੇ ਨਾਲ ਅਤੇ ਹੋਰ ਚੀਜ਼ਾਂ ਦੇ ਨਾਲ ਇੱਕ ਦੂਜੇ 'ਤੇ ਹਮਲਾ ਕਰ ਰਹੇ ਨੇ। ਤਾਂ ਤਸਵੀਰਾਂ ਬਟਾਲਾ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਦੋ ਧਿਰਾਂ ਆਮੋ ਸਾਹਮਣੇ ਹੋਈਆਂ ਨੇ। ਇੱਕ ਫੌਜੀ ਜੋ ਕਿ ਆਪਣੀ ਪਤਨੀ ਦੇ ਨਾਲ ਬਾਈਕ 'ਤੇ ਕਿਤੇ ਜਾ ਰਿਹਾ ਸੀ ਤਾਂ ਰਾਹ ਦੇ ਵਿੱਚ ਦੂਜੀ ਧਿਰ ਦੇ ਮੁੰਡਿਆਂ ਵੱਲੋਂ ਜਿਹੜੇ ਕਿ ਸਕੂਲੀ ਮੁੰਡੇ ਸੀ ਉਹਨਾਂ ਨੇ ਫੌਜੀ ਨੂੰ ਘੇਰ ਲਿਆ ਅਤੇ ਉਸਦੀ ਕੁੱਟਮਾਰ ਕੀਤੀ। ਅਤੇ ਜਦ ਸਕੂਲੀ ਮੁੰਡਿਆਂ ਦਾ ਬਿਆਨ ਲਿਆ ਗਿਆ ਤਾਂ ਉਹਨਾਂ ਦਾ ਇਹ ਕਹਿਣਾ ਸੀ ਕਿ ਫੌਜੀ ਦੇ ਵੱਲੋਂ ਬੰਦੂਕ ਕੱਢੀ ਗਈ ਅਤੇ ਗੋਲੀਆਂ ਵੀ ਚਲਾਈਆਂ ਗਈਆਂ ਨੇ। ਹਾਲਾਂਕਿ ਸੀਸੀਟੀਵੀ ਦੇ ਵਿੱਚ ਇਹ ਸਾਫ਼ ਨਹੀਂ ਨਜ਼ਰ ਆ ਰਿਹਾ ਕਿ ਗੋਲੀ ਚੱਲੀ ਹੈ ਕਿ ਨਹੀਂ, ਪਰ ਲੜਾਈ ਜ਼ਰੂਰ ਹੋਈ ਹੈ। ਦੇਖ ਸਕਦੇ ਹੋ ਦੋਵੇਂ ਤਰ੍ਹਾਂ ਕਿਵੇਂ ਇੱਕ ਦੂਜੇ ਨੂੰ ਕੁੱਟ ਰਹੀਆਂ ਨੇ। ਇਸ ਤੋਂ ਬਾਅਦ ਦੋਵੇਂ ਤਰ੍ਹਾਂ ਦੇ ਤਿੰਨ ਸ਼ਖਸ ਜ਼ਖਮੀ ਹੋ ਗਏ ਅਤੇ ਤਿੰਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਆਓ ਜਾਣਦੇ ਹਾਂ ਦੋਵੇਂ ਤਰ੍ਹਾਂ ਦਾ ਪੱਖ ਕਿ ਆਖਿਰਕਾਰ ਪਹਿਲ ਕਿਹਦੇ ਵੱਲੋਂ ਕੀਤੀ ਗਈ ਅਤੇ ਗੋਲੀ ਕਿਹਨੇ ਚਲਾਈ। ਕਸ਼ਮੀਰ ਸਿੰਘ ਜੀ ਮੇਰਾ ਨਾਮ, ਨਵੀਂ ਬਾਦੀ ਰਹਿੰਦਾ ਜੀ ਮੈਂ। ਮੈਂ ਆਪਣੇ ਘਰੋਂ ਆਉਂਦਾ ਪਿਆ ਸੀ ਅਤੇ ਮੈਨੂੰ ਗੁਲਾਡੇ ਲੱਗੇ, ਮਿਸਤਰੀ ਲੱਗੇ ਅਤੇ ਉਹਨਾਂ ਦੱਸਿਆ ਵੀ ਉਹ 20-25 ਮੁੰਡੇ ਆਏ ਗੱਡੀਆਂ 'ਤੇ, ਵੇਖੋ ਲੜਾਈ ਹੋਈ। ਮੈਂ ਆਪਣੇ ਦੂਜੇ ਘਰ ਲੱਗਿਆ ਅਤੇ ਮੇਰੇ ਘਰ 'ਤੇ ਹਮਲਾ ਕੀਤਾ, ਉਹਨਾਂ ਗੋਲੀਆਂ ਚਲਾਈਆਂ, ਪਿਸਟਲ ਜਿਹਦੇ ਸਾਡੇ ਖੋਖ ਵੀ ਪਏ ਆ, ਗੋਲੀਆਂ ਘਰ 'ਤੇ ਰੋੜੇ ਮਾਰੇ, ਮੇਰੇ ਮਾਤਾ ਜੀ ਨੂੰ ਕੁੱਟ ਗਏ, ਮੈਨੂੰ ਵੀ 15-20 ਮੁੰਡੇ ਪੈ ਗਏ, ਮੇਰਾ ਸਿਰ ਪਾੜਿਆ, ਲੱਕ ਤੋੜਤਾ, ਮੇਰੇ ਭਤੀਜੇ ਦੀ ਬਾਂਹ ਤੋੜਤੀ, ਗੈਂਗਵਾਰ ਹੋਈ ਆ ਜੀ। ਅਸੀਂ ਇਨਸਾਫ਼ ਚਾਹੁੰਦੇ ਹਾਂ ਸਰਕਾਰ ਕੋਲ, 20-25 ਮੁੰਡੇ ਅਜੇ ਬਾਹਰ ਹੋਸਪਿਟਲ 'ਚ ਵੀ ਖਿਲਾਰੇ ਉਹਨਾਂ, ਸਾਡਾ ਪਰਚਾ ਤੱਕ ਨਹੀਂ ਹੋਣ ਦਿੰਦੇ, ਨਾ ਸਾਨੂੰ ਹੋਸਪਿਟਲ ਦਾਖਲ ਤੱਕ ਹੋਣ ਦਿੰਦੇ ਉਹ ਡਰਾਵੇ ਨਾਲ। ਅਤੇ ਮੈਂ ਹੱਥ ਜੋੜਦਾ ਵੀ ਸਾਡੀ ਕੋਈ ਨਾ ਕੋਈ ਹੈਲਪ ਕੀਤੀ ਜਾਵੇ, ਇੱਦਾਂ ਦੇ ਫਿਰ ਜਿਹੜਾ ਕੋਈ ਮਰਜ਼ੀ ਗੈਂਗਵਾਰ ਕਰਕੇ ਘਰੇ ਕੁੱਟ ਜੂ, ਗਰੀਬ ਬੰਦੇ ਦਾ ਜੀਣਾ ਮੁਸ਼ਕਿਲ ਹੋ ਜੂ। ਉਹ ਮੁੰਡਾ ਸਰਕਾਰੀ ਫੌਜੀ ਆ, ਉਹਨੇ ਆਪਣੇ ਕੱਟ ਲਾ ਕੇ ਇਹਦੇ ਪਰਚਾ ਬਣਾ ਲਿਆ, ਇੱਥੇ 25-30 ਮੁੰਡਿਆਂ ਦੇ ਨਾਲ ਆ, ਸਾਰਾ ਪਰਿਵਾਰ ਇਹੋ ਚਿੱਟਾ ਚੁੱਟਾ ਵੀ ਵੇਚਦੇ ਆ, ਉਹ ਨਸ਼ੇੜੀ ਕਰਦੇ, ਨਸ਼ੇੜੀ ਮੁੰਡੇ ਬੁਲਾਏ ਉਹਨਾਂ। ਅਤੇ ਮੈਂ ਕਹਿੰਦਾ ਕਿ ਮੇਰੀ ਸਰਕਾਰ ਕੋਲ ਬੇਨਤੀ ਹੈ ਕਿ ਸਾਡੀ ਮੇਰੇ ਪਰਿਵਾਰ ਦੀ ਹੈਲਪ ਕੀਤੀ ਜਾਵੇ, ਮੇਰੀ ਮੇਰੇ ਪਰਿਵਾਰ ਦੇ ਭਰਾਵਾਂ ਦੀ ਗੋਲੀਆਂ ਚਲਾਈਆਂ, ਅਸੀਂ ਬਚ ਗਏ ਹਾਂ ਭਾਅ ਜੀ, ਖੋਖ ਸਾਡੇ ਕੋਲ ਮਾਹ ਹੀ ਬਚੇ ਹਾਂ ਗੋਲੀਆਂ ਤੋਂ, 4-5 ਪਿਸਟਲ ਸੀ ਉਹਨਾਂ ਕੋਲ, ਦੁਸ਼ਮਣੀ ਕੋਈ ਅਸੀਂ ਬਾਕੀ ਕ੍ਰਿਸਚਨ ਪਰਿਵਾਰ ਨਾਲ ਪ੍ਰੋਬਲਮ ਕਰਦੇ, ਸਾਰੇ ਪਰਿਵਾਰ ਸਾਂਝੇ ਆ ਜੀ। ਉਹ ਬਾਕੀ ਸਾਨੂੰ ਕਹਿੰਦੇ ਸਾਈ ਕੁੱਤੇ ਚੂੜੇ ਇੱਦਾਂ ਗਾਲਾਂ ਕੱਢਦੇ ਆ ਵੀ ਤੁਸੀਂ ਏਕਾ ਕਰ ਲਿਆ ਵਾ, ਤਾਂ ਅਸੀਂ ਤੁਹਾਨੂੰ ਮਾਰ ਕੇ ਜਾਣਾ, ਇੱਕ ਅੱਧਾ ਤੁਹਾਡਾ ਮਾਰ ਕੇ ਅਤੇ ਫੇਰ ਹੀ ਸਾਹ ਲੈਣਾ ਵਾ। ਦੁਸ਼ਮਣੀ ਇਹਨਾਂ ਦੀ ਪਹਿਲਾਂ ਹੀ ਹੈ ਕਿ ਮੁੰਡਿਆਂ ਸਾਡਿਆਂ ਤੋਂ ਭਤੀਜਿਆਂ ਤੋਂ ਖਾਰ ਖਾਂਦੇ ਆ ਜੀ, ਇਹ ਮੁੰਡਿਆਂ ਬਹਿੰਦੇ ਖਲੋਂਦੇ ਆ ਜੀ, ਆਪਣੇ ਕੰਮਾਂ ਕਾਰਾਂ 'ਤੇ ਜਾਂਦੇ ਆ, ਅਤੇ ਇਹਨਾਂ ਨੂੰ ਵੀ ਆਪਾਂ ਸਮਾਨ ਸਮੂਨ ਵੇਚਣ ਲਾਈਏ, ਨਸ਼ੇੜੀ ਬਣਾਈਏ ਅਤੇ ਸਾਡੇ ਕੋਲ ਸਮਾਨ ਖਰੀਦਣ, ਇਹੋ ਦੁਸ਼ਮਣੀ ਜੇ। ਸਰ ਇੱਦਾਂ ਦਾ ਗੱਲ ਹੁੰਦੀ ਕੱਲ੍ਹ ਨਾ, ਬੜੇ ਦਿਨਾਂ ਸਾਡੇ ਵੈਰਾਂ ਨਾਲ ਵੀ, ਕੱਲ੍ਹ ਉਹਨੇ ਮੇਰੇ ਮੱਥੇ 'ਤੇ ਪਿਸਤੌਲ ਰੱਖੀ, ਆਉਂਦਾ ਵੀ ਜੇ ਤੁਸੀਂ ਨਾ ਸੁਧਰੇ ਨਾ, ਕਹਿੰਦਾ ਘਰ ਛੱਡ ਕੇ ਚਲ ਜਾਂਦਾ, ਇੱਕ ਤੁਸੀਂ ਨਾ ਆ ਗਏ ਨਾ, ਆਉਂਦਾ ਆ ਕੇ ਗੋਲੀਆਂ ਚਲਾਉਣੀਆਂ। ਉਹ ਸਰ ਸੱਚੀ ਆ ਕੇ ਸਰ ਚਲਾ ਗਏ ਉਹਨਾਂ, ਸਰ ਪਿੱਛੇ ਸਰ ਗੋਲੀਆਂ ਸਰ ਜੀ, ਸਰ ਮੈਂ ਤਾਂ ਸਰ ਅੰਦਰ ਸੁੱਤਾ ਸੀ ਸਰ, ਮੇਰੇ ਉਹਨਾਂ ਚਲਾਈਆਂ ਸਰ, ਇੱਕ ਗੋਲੀ ਚਲਾਈ ਮੇਰੇ ਬਾਹਰ, ਬਾਕੀ ਸਰ ਬਾਹਰ ਚਲਾਈਆਂ, ਮੈਨੂੰ ਤਾਂ ਸਰ ਕੋਟ ਕੋਟ ਗਏ ਸਾਰੇ ਜਾਣੇ, ਅਤੇ ਮੈਂ ਸਰ ਮਹਾਂ ਬਚਿਆ ਵਾਂ ਗੋਲੀ ਤੋਂ। ਸਰ ਮੈਂ ਚਾਹੁੰਦਾ ਇਨਸਾਫ਼ ਮਿਲੇ ਮੈਨੂੰ। ਉਹ ਸਰ ਮੈਨੂੰ ਕਹਿੰਦਾ ਸੀ ਮੈਂ ਫੌਜੀ ਆਉਂਦਾ, ਮੈਂ ਤਾਂ ਪੈਸੇ ਚਾੜ ਤੁਰ ਕੇ ਫਿਰ ਵੀ ਛੋਟੇ ਆਉਣਾ, ਮੈਨੂੰ ਆਉਂਦਾ ਤੂੰ ਜੇਲ੍ਹ ਚਲ ਜਾਣਾ।
ਦੁਸ਼ਮਣੀ ਸਰ ਮੈਨੂੰ ਨਹੀਂ ਪਤਾ ਕਿਹੜੀ ਗੱਲ ਦੀ ਦੁਸ਼ਮਣੀ ਸਰ ਉਹਦੀ ਚਾਚੇ ਤਾਏ ਦੇ ਮੁੰਡਿਆਂ ਨਾਲ ਵਾ ਉਹ ਸਰ ਮੇਰੇ 'ਤੇ ਪਾਣੀ ਕਾਹਦੀ ਗੱਲੋਂ ਔਖੀ ਹੈ ਤਾਂ ਕਾਹਦੀ ਗੱਲੋਂ ਨਹੀਂ ਉਹ ਕਹਿੰਦਾ ਮੈਂ ਫੌਜੀ ਆਉਂਦਾ ਮੈਂ ਪੈਸੇ ਚਾੜ ਚੁੜ ਕੇ ਚੱਲ ਜਾਂਦਾ ਫਿਰ ਫੌਜ 'ਚ ਆਉਂਦਾ ਤੂੰ ਜੇਲ੍ਹ 'ਚ ਸਰੇਗਾ ਹੋਇਆ ਕੁਛ ਨਹੀਂ ਗਾ ਇਹ ਪਹਿਲੋਂ ਕੱਲ੍ਹ ਕਹਿੰਦੇ ਨੇ ਆਪਣੇ ਪਿਓ ਨੂੰ ਨਹੀਂ ਦੱਸਿਆ ਆਉਂਦਾ ਮੇਰੇ ਇੱਥੇ ਪਿਸਤੌਲ ਰੱਖਿਆ ਅਤੇ ਦੱਸਿਆ ਨਹੀਂ ਡਰਦੇ ਨੇ ਅਤੇ ਅੱਜ ਇਹਨੇ ਸਾਰਾ ਟੱਬਰ ਹੀ ਆ ਕੇ ਤਾਂ ਪੈ ਗਏ ਆ ਪਿੰਡ ਤੋਂ ਸਬੂਤ ਲੈ ਲਓ ਜਾ ਕੇ ਬੂਆ ਵੀ ਤੋੜ ਦਿੱਤਾ ਮੇਰੇ ਵੀ ਆਵੇ ਮੋਰ ਪੰਨ ਦਿੱਤੇ ਆਹ ਨਿੱਕਾ ਜਿਹਾ ਮੁੰਡਾ ਸੀ ਉਹਨੂੰ ਵੀ ਕੁੱਟ ਸੁੱਟਿਆ ਉਹਨੂੰ ਗਵਾਂਢੀਆਂ ਦੇ ਬੂਹੇ ਗਾੜੀ ਸੁੱਟ ਸੁੱਟਤਾ ਅਤੇ ਉਹਦੀ ਨੂੰ ਘਰ ਦੀ ਨੂੰ ਵੀ ਸੁੱਟ ਦਿੱਤਾ ਹੈ ਹੈ ਲੜਾਈ ਇਹਨਾਂ ਦੇ ਕਿਤੇ ਨਿਆਣਿਆਂ ਨਿਆਣਿਆਂ ਦੀ ਕਿਤੇ ਲੜਾਈ ਸੀ ਇਹਨਾਂ ਸਾਰੇ ਟੱਬਰ ਨੂੰ ਸਾਨੂੰ ਕੁੱਟ ਸੁੱਟਿਆ ਅਤੇ 3-4 ਹੱਲੇ ਹੋ ਗਏ ਇਹਨਾਂ ਦੇ ਪਿੰਡ ਤੋਂ ਭਾਵੇਂ ਜਾ ਕੇ ਸਬੂਤ ਲੈ ਲਓ 4 ਗੋਲੀਆਂ ਚੱਲੀਆਂ ਇਹ ਸਰ ਮੈਂ ਆਪਣੀ ਸਿਸਟਰ ਨੂੰ ਲੈਣ ਜਾਂਦਾ ਸੀ ਪਿੰਡ ਥਾਣੀ ਪਹਿਲਾਂ ਮੈਂ ਲੰਘ ਕੇ ਜਾਂਦਿਆ ਸੀ ਅਤੇ ਇਹ ਖੜ੍ਹੇ ਸੀ ਉੱਥੇ ਇਹਨਾਂ ਨੂੰ ਮੈਨੂੰ ਵੇਖ ਲਿਆ ਵੀ ਇਹ ਜਾਣਦਿਆ ਵਾ ਅਤੇ ਉਹ ਤੋਂ ਬਾਅਦ ਮੈਨੂੰ ਨਹੀਂ ਪਤਾ ਪਿੱਛੇ ਉਹਨਾਂ ਨੇ ਕੀ ਕੀਤਾ ਮਤਲਬ ਮੁੰਡੇ ਮਾਂਡੇ ਨਾਲ ਇਕੱਠੇ ਕਰ ਲਏ ਅਤੇ ਬਾਅਦ ਵਿੱਚ ਮੈਂ ਵਾਪਸ ਆਉਂਦਿਆ ਸੀ ਅਤੇ ਇਹ ਮੁੰਡੇ ਉੱਥੇ ਖੜ੍ਹੇ ਆ ਅਤੇ ਇਹਨੇ ਜਿਹੜਾ ਮੁੰਡਾ ਸੀ ਹੈ ਨਾ ਜਿਹਦੇ ਨਾਲ ਗੱਲਬਾਤ ਹੋਈ ਆ ਉਹ ਮੁੰਡੇ ਨੇ ਵੱਟਾ ਫੜਿਆ ਚੱਲਦੇ ਮੋਟਰਸਾਈਕਲ 'ਤੇ ਵੱਟਾ ਮਾਰਿਆ ਵਾ ਮੇਰੇ ਅਤੇ ਮੈਂ ਵੱਟਾ ਵੇਖ ਕੇ ਅਤੇ ਮੋਟਰਸਾਈਕਲ ਅੱਗੇ ਵੱਜਾ ਵਾ ਪਤਾ ਨਹੀਂ ਬਾਈਕ ਟੁੱਟੀ ਕਿ ਨਹੀਂ ਟੁੱਟੀ ਮੈਂ ਨਹੀਂ ਵੇਖੀ ਬਾਈਕ ਅਤੇ ਉਹ ਤੋਂ ਬਾਅਦ ਆਪਣਾ ਮੈਂ ਇੱਦਾਂ ਹੀ ਨੰਗਲ ਲੱਗਾ ਫਿਰ ਮੈਂ ਫਿਰ ਖਲੋ ਗਿਆ ਮੇਰੇ ਨਾਲ ਸਿਸਟਰ ਹੀ ਮੇਰੇ ਮੈਂ ਮੈਨੂੰ ਇਹ ਮੈਂ ਕਿਤੇ ਮਗਰੋਂ ਕੋਲ ਮਾਰਨ ਲਾਏ ਦੇ ਅਤੇ ਮੈਂ ਖੜ੍ਹ ਗਿਆ ਉੱਥੇ ਅਤੇ ਉਹ ਤੋਂ ਬਾਅਦ ਇਹਨਾਂ ਨੇ ਮਗਰੋਂ ਆ ਕੇ ਮੇਰੇ ਸਿਰ ਸੁਰ 'ਚ ਮਾਰਿਆ ਪਿੱਛੇ ਮਾਰੇ ਆ ਡੰਡੇ ਅਤੇ ਹੋਰ ਵੀ ਅਤੇ ਉਸ ਤੋਂ ਬਾਅਦ ਇੱਥੇ ਮੁੰਡੇ ਨੇ ਉਹਨੇ ਕੋਲ ਮਾਰਿਆ ਸੂਰੀ ਵਰਗਾ ਸੀ ਉਹ ਮੁੰਡੇ ਨੇ ਮਾਰਿਆ ਉਹ ਜਿਹੜਾ ਦੂਜਾ ਮੁੰਡਾ ਅਤੇ ਲੜਾਈ ਤਾਂ ਮੈਨੂੰ ਵੀ ਨਹੀਂ ਪਤਾ ਲੜਾਈ ਤਾਂ ਐਕਚੁਲੀ ਸਰ ਮਤਲਬ ਛੋਟੇ ਬੱਚਿਆਂ ਦੀ ਆ ਆਪਸ ਦੇ ਵਿੱਚ ਇਹਨਾਂ ਦੀ ਛੋਟਿਆਂ ਦੀ ਹੀ ਲੜਾਈ ਅਤੇ ਇੱਕ ਦਿਨ ਵੀ ਮੈਨੂੰ ਇਹਨਾਂ ਨੇ ਛੋਟੇ ਦੇ ਨਾਲ ਮੈਨੂੰ ਘੇਰ ਲਿਆ ਸੀ ਅਤੇ ਉਹ ਦਿਨ ਇਹਨਾਂ ਨੂੰ ਮੈਂ ਕਿਹਾ ਵੀ ਮੈਂ ਕਿਹਾ ਵੀ ਤੁਸੀਂ ਕੋਈ ਗੱਲਬਾਤ ਨਾ ਕਰੋ ਕੋਈ ਗੱਲ ਨਹੀਂ ਮੈਂ ਸਰ ਆਰਮੀ 'ਚ ਹਾਂ ਮੈਨੂੰ ਇਹ ਵੀ ਮੈਂ ਮੇਰੀ ਛੁੱਟੀ ਖਤਮ ਹੋਣ ਵਾਲੀ ਆ ਵੀ ਕੋਈ ਗੱਲਬਾਤ ਨਾ ਹੋਵੇ ਮੈਂ ਹੱਥ ਜੋੜ ਕੇ ਉੱਧਰ ਵੀ ਲੰਘ ਗਿਆ ਸੀ ਆਰਮੀ ਕੀ ਪੁੱਛਦੀ ਸਿਪਾਹੀ ਹਾਂ ਮੈਂ ਸਰ ਉਹਨਾਂ ਦਾ ਕਹਿਣਾ ਕਿ 20-25 ਬੰਦਿਆਂ ਨੂੰ ਨਾਲ ਲੈ ਕੇ ਇਹਨਾਂ ਨੇ ਹਮਲਾ ਕੀਤਾ ਸਾਡੇ 'ਤੇ ਗੋਲੀਆਂ ਵੀ ਚਲਾਈਆਂ ਅੱਛਾ ਇਹ ਇਹ ਸਰ ਪੂਰਾ ਮਤਲਬ ਉਹ ਆਪਣੇ ਕੋਲੋਂ ਕਹਿੰਦੇ ਆ ਮੈਂ ਤੇ ਮੇਰੀ ਸਿਸਟਰ ਬਸ ਚੁੱਪ ਕਰਕੇ ਜਾਣਦੇ ਸੀ ਉਹਨਾਂ ਖਿਲਾਰ ਕੇ ਉਹਨਾਂ ਮਾਰਿਆ ਵੀ ਆ ਅਤੇ ਆਪਣਾ ਇੱਥੇ ਮੇਰੇ ਆਪ ਕੋਲ ਸੱਟ ਵੀ ਲਾਈ ਆ ਫਿਰ ਉਹਨਾਂ ਕੋਲ ਜਿਹੜੇ ਖੋਲ ਉਹ ਕਿੱਥੋਂ ਆ ਗਏ ਪਤਾ ਨਹੀਂ ਵਿਖਾਓ ਉਹਨਾਂ ਨੂੰ ਕੋ ਚਲੋ ਪਿੰਡ ਹਾਂ ਚਲੋ ਪਿੰਡ ਚੱਲਦੇ ਆਪਾਂ ਸਾਰੇ ਪਿੰਡ ਨੂੰ ਪਤਾ ਵਾ ਉੱਥੇ ਲੰਘਣ ਦੇ ਆ ਸਾਰੇ ਪਿੰਡ ਨੂੰ ਪਤਾ ਉੱਥੇ ਖਿਲਾਰ ਕੇ ਮੈਨੂੰ ਮਾਰਿਆ ਵਾ ਅਤੇ ਉਹ ਤੋਂ ਬਾਅਦ ਮੈਂ ਘਰ ਆਇਆ ਅਤੇ ਮੈਂ ਪਾਪਾ ਨੂੰ ਆਖਿਆ ਮੈਂ ਆਪਾਂ ਵੀ ਮਾਰਾਂਗੇ ਅਤੇ ਪਾਪਾ ਕਹਿੰਦੇ ਨਹੀਂ ਪਾਪਾ ਕਹਿੰਦੇ ਆਪਣਾ ਇੱਥੇ ਚਲੋ ਥਾਣੇ ਚਲੋ ਮੇਰੀ ਨੌਕਰੀ ਦਾ ਸਵਾਲ ਆ ਇਹ ਪਤਾ ਨਹੀਂ ਉਹਨੇ ਕੋਈ ਛੁਰੀ ਜੀ ਮਾਰੀ ਉਹਨੇ ਮੁੰਡੇ ਨੇ ਪਤਾ ਨਹੀਂ ਕੀ ਸੀ ਉਹਦੇ ਕੋਲ ਉਹਨੇ ਇਹ ਮਾਰੀ ਹਾਂਜੀ ਮੈਂ ਇਕੱਲਾ ਸੀ ਨਾ ਸਰ ਮੈਂ ਇਕੱਲਾ ਸੀ ਇਸ ਕਰਕੇ ਸਰ ਮੈਨੂੰ ਛੁੱਟੀ ਹੋਈ ਸੀ ਕਾਲਜ ਮੈਂ ਆਪਣੇ ਬ੍ਰਦਰ ਨੂੰ ਕਾਲ ਕਰੀ ਉਹ ਮੈਨੂੰ ਕਾਲਜ ਤੋਂ ਲੈਣ ਲਈ ਆਉਂਦਾ ਪਿਆ ਸੀ ਅਤੇ ਇਹ ਆਪਾਂ ਆਉਂਦੇ ਪਏ ਸੀ ਰਾਸਤੇ ਵਿੱਚ ਇੱਕ ਮੁੰਡਾ ਸੀ ਛੋਟਾ ਜਿਹਾ ਹਾਈਟ ਵਾਲਾ ਉਹਨੇ ਫੜ ਕੇ ਅਤੇ ਰੋੜਾ ਕਾਫੀ ਟਾਈਮ ਦਾ ਖੜਾ ਸੀ ਸਾਨੂੰ ਨਹੀਂ ਸੀ ਪਤਾ ਅਤੇ ਉਹਨੇ ਫੜ ਕੇ ਰੋੜਾ ਮੇਰੇ ਬ੍ਰਦਰ ਨੇ ਮਾਰਤਾ ਅਤੇ ਮੇਰਾ ਭਰਾ ਸਰਕਤ ਵਿੱਚ ਘਰ ਡਿੱਗ ਗਏ ਕਾਫੀ ਜਾਣਿਆਂ ਨੇ ਦੇਖਿਆ ਸਰਕਤ ਵਿੱਚ ਘਰ ਡਿੱਗੇ ਉਹ ਮੁੰਡੇ ਨੇ ਫੜ ਕੇ ਮੇਰੇ ਭਰਾ ਦੇ ਪਤਾ ਨਹੀਂ ਕੀ ਮਾਰਤਾ ਅਤੇ ਲਹੂ ਲੱਗਣ ਲੱਗ ਪਿਆ ਅਤੇ ਮੈਂ ਰੋਂਦੀ ਰੋਂਦੀ ਆਪਣੇ ਘਰੇ ਆ ਕੇ ਪਾਪਾ ਨੇ ਦੱਸਿਆ ਫਿਰ ਮੈਂ ਅਤੇ ਮੇਰੇ ਪਾਪਾ ਅਤੇ ਮੇਰਾ ਬ੍ਰਦਰ ਦਰਖਾਸਤ ਦੇਣ ਲਈ ਆਉਂਦੇ ਪਏ ਸੀ ਹਾਂਜੀ ਅਤੇ ਉਹਨਾਂ ਨੇ ਬੋਲ ਦਿੱਤਾ ਹੋਇਆ ਵੀ ਮਤਲਬ ਤੁਸੀਂ ਬੰਦੇ ਲੈ ਕੇ ਆਏ ਹੋ ਜਿਹਾ ਕੁਛ ਨਹੀਂ ਸੀ ਸਾਡੇ ਕੋਲ 3 ਪੇਸ਼ੈਂਟ ਆਏ ਨੇ ਤਿੰਨਾਂ ਦੇ ਇੰਜਰੀਜ ਹੈਗੀਆਂ ਨੇ ਜਿਹੜਾ ਹੈਗਾ ਆ ਗੁਰਜੰਟ ਸਿੰਘ ਉਹਦੀ ਲੈਫਟ ਆਰਮ 'ਤੇ ਹੈਗੀ ਆ ਕਸ਼ਮੀਰ ਸਿੰਘ ਨੇ ਅਤੇ ਸੁਖਪ੍ਰੀਤ ਸਿੰਘ ਦੇ ਸਵੈਲਿੰਗ 'ਤੇ ਪੇਨ ਆ ਔਰ ਜਿਹੜੇ ਕਸ਼ਮੀਰ ਸਿੰਘ ਨੇ ਉਹਨਾਂ ਦੇ ਹੈੱਡ 'ਤੇ ਕਸ਼ਮੀਰ ਸਿੰਘ ਆ ਉਹਦਾ ਮਤਲਬ ਮੇ ਬੀ ਸ਼ਾਰਪ ਹੋਵੇ ਜਿਹੜੇ ਦੂਸਰੇ ਉਹ ਬਲੰਟ ਨੇ